ਦੁਕਾਨ ਦਾ ਪਤਾ ਨਹੀਂ ਲੱਗ ਸਕਿਆ। ਜਦੋਂ ਅੱਗ ਲੱਗੀ ਤਾਂ ਦੂਜੀ ਫੈਕਟਰੀ ਦੇ ਮੁਲਾਜ਼ਮਾਂ ਨੇ ਦੇਖਿਆ ਤਾਂ ਉਹਨਾਂ ਨੇ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਨੇ ਅੱਧੇ ਘੰਟੇ ਦੀ ਮੁਸ਼ਕਤ ਬਾਅਦ ਅੱਗ ਤੇ ਕਾਬੂ ਪਾਇਆ। ਪੁਲਿਸ ਵੱਲੋਂ ਆਪਣੀ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਹ ਅੱਗ ਜਿਹੜੀ ਹੈ ਭਿਆਨਕ ਰੂਪ ਧਾਰਨ ਕਰ ਗਈ ਤੇ ਸਭ ਕੁਝ ਸੜ ਕੇ ਸਵਾਹ ਹੋ ਗਿਆ। ਤੁਹਾਨੂੰ ਮਾਲਕ ਨੇ ਪਹਿਲਾਂ ਦੱਸ ਹੀ ਦਿੱਤਾ ਜਿਹੜੇ ਮਾਲਕ ਨੇ ਫੈਕਟਰੀ ਦੇ, ਫਿਰ ਵੀ ਅਜੇ ਉਹ ਜਿਹੜਾ ਉਹਨਾਂ ਦਾ ਮਾਲ ਆ ਅੰਦਰੋਂ ਨਿਕਲ ਰਿਹਾ, ਕਿੰਨੇ ਦਾ ਨੁਕਸਾਨ ਹੋਇਆ ਉਹ ਤਾਂ ਸੁਬਾਹ ਹੀ ਦੱਸਣਗੇ ਨਾ। ਦੱਸਣਗੇ ਜਿਹੜੀ ਉਹਦੇ ਮੁਤਾਬਕ ਚਾਹੇ ਅਸੀਂ 427 ਦੀ ਰਿਪੋਰਟ ਲਿਖ ਦਿੰਦੇ ਹਾਂ, ਉਹ ਦਰਜ ਕਰਾਂਗੇ ਅਸੀਂ। ਸ਼ਾਰਟ ਸ਼ਾਰਟਕੱਟ ਹੋਇਆ ਉਹਦਾ ਰੀਜ਼ਨ ਤਾਂ ਇਹੀ ਹੈਗਾ ਫਿਲਹਾਲ, ਇਸ ਤਰ੍ਹਾਂ ਹੀ ਪਤਾ ਲੱਗ ਰਿਹਾ। 8:15 ਦੇ ਕਰੀਬ ਸਾਨੂੰ ਟਾਊਨ ਹਾਲ ਤੋਂ ਤਲਾਹ ਆਈ ਸੀ ਕਿ ਛਿਆੜਾ ਰੋਡ ਤੇ ਯੂਨੀਵਰਸਿਟੀ ਦੇ ਲਾਗੇ ਕੋਈ ਇੱਕ ਫੈਕਟਰੀ ਵਿੱਚ ਅੱਗ ਲੱਗੀ ਆ। ਅਸੀਂ ਮੌਕੇ 'ਤੇ ਇੱਕ ਢਾਵਸੀ ਰਾਮ ਦੀ ਗੱਡੀ ਅਤੇ ਇੱਕ ਗੱਡੀ ਨਗਰ ਨਿਗਮ ਦੀ ਮੌਕੇ 'ਤੇ ਉਸੇ ਵੇਲੇ ਕੱਢ ਦਿੱਤੀ ਆ। ਆਉਂਦਿਆਂ ਹੀ ਅਸੀਂ ਦੇਖਿਆ ਮੌਕੇ 'ਤੇ ਅੱਗ ਬਹੁਤ ਜ਼ਿਆਦਾ ਸੀ, ਆਉਂਦਿਆਂ ਹੀ ਅਸੀਂ ਅੱਗ 'ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਅੱਧੇ ਘੰਟੇ ਦੇ ਤਕਰੀਬਨ ਅਸੀਂ ਅੱਗ 'ਤੇ ਕਾਬੂ ਪੂਰਾ ਪਾ ਲਿੱਤਾ ਗਿਆ। ਮੌਕੇ 'ਤੇ ਦੋ ਗੱਡੀਆਂ ਆਈਆਂ, ਅੱਗ 'ਤੇ ਪੂਰਾ ਕੰਟਰੋਲ ਹੋ ਚੁੱਕਾ ਹੈ। ਜਿਹੜਾ ਲੇਬਰ ਹੈ ਇਹਨਾਂ ਦੀ ਉਹ ਸਾਰਾ ਮਾਲ ਬਾਹਰ ਕੱਢ ਰਹੀ ਹੈ, ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਅੰਦਰ ਜੇ ਕੋਈ ਅੱਗ ਰਹਿੰਦੀ ਹੋਈ ਤਾਂ ਉਸਨੂੰ ਪੂਰਾ ਬੁਝਾ ਕੇ। ਟੈਕਸਟਾਈਲ ਦੀ ਫੈਕਟਰੀ ਹੈਗੀ ਹੈ, ਫਿਟਿੰਗ ਦੀ ਫੈਕਟਰੀ ਹੈਗੀ, ਪਤਾ ਤਾਂ ਇਹ ਹਾਲੇ ਐਗਜੈਕਟਲੀ ਨਹੀਂ ਪਤਾ ਲੱਗਾ, ਮੋਸਟ ਪ੍ਰੋਬਬਲੀ ਉਹਨਾਂ ਕੋਲ ਸ਼ਾਰਟ ਸਰਕਟ ਹੋਇਆ ਹੈਗਾ, ਦੈਟ ਇਜ਼ ਦ ਓਨਲੀ ਰੀਜ਼ਨ ਆਈ ਥਿੰਕ ਸੋ। ਅੱਜ ਛੁੱਟੀ ਹੈ, ਗੇਟ ਬੰਦ ਸਨ, ਸਾਡੇ ਦੋ ਚੌਂਕੀਦਾਰ ਅੱਗੇ ਬੈਠੇ ਹੋਏ ਸੀ, ਉਹਨਾਂ ਨੂੰ ਪਿੱਛੋਂ ਕਿਸੇ ਬੰਦੇ ਨੇ ਆ ਕੇ ਕਿਹਾ ਕਿ ਧੂੰਆਂ ਨਿਕਲ ਰਿਹਾ, ਤੁਸੀਂ ਜਰਾ ਚੈੱਕ ਕਰੋ। ਉਹ ਜੋ ਚੈੱਕ ਕਰਨਗੇ ਨਾ ਉਹਨਾਂ ਨੂੰ ਫਿਰ ਪਤਾ ਲੱਗਾ ਕਿ ਵੀ ਅੰਦਰ ਆ ਗਏ। ਫਿਰ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ, ਫਿਰ ਠੀਕ, ਐਵਰੀਬਾਡੀ ਹੈਜ਼ ਬੀਨ ਵੈਰੀ ਹੈਲਪਫੁਲ। ਫਾਇਰ ਬ੍ਰਿਗੇਡ ਬੜੇ ਟਾਈਮ ਸੇ ਆ ਗਏ।